ਘਟੀਆ ਲੋਕ ਆ ਜਿਹੜੇ 5-4 ਹਜ਼ਾਰ ਰੁਪਈਏ ਪਿੱਛੇ ਇਹਨੂੰ ਜਦੋਂ ਵੇਚਿਆ ਗਿਆ ਹੋਊ ਬਾਈ, ਇਹ ਕੋਈ ਲੱਖਾਂ ਦਾ ਥੋੜੀ ਵਿਕਿਆ ਹੋਊ ਬੰਦਾ, ਜਿਹਨੇ ਇਹਨੂੰ ਗੁਰੂ ਰਾਮਦਾਸ ਦੇ ਘਰੋਂ ਚੋਰੀ ਕੀਤਾ, ਮਾਂ ਦਾ ਪੁੱਤ, ਉਹ ਭਰਾ ਜਿਹਦੇ ਮੱਥੇ ਤੇ ਦਾਗ ਲਾਤਾ ਸਾਰੀ ਜ਼ਿੰਦਗੀ ਲਈ ਵਿਚਾਰੇ ਦੇ, ਆਵਾਜ਼ ਵੀ ਵਿਚਾਰੇ ਦੀ ਕੁੜੀਆਂ ਵਰਗੀ, ਇੰਨਾ ਸਾਊ ਆ ਤੇ ਸਾਰੀ ਜ਼ਿੰਦਗੀ ਚ ਇਹਨੇ ਕਦੇ ਕਿਸੇ ਦਾ ਮਾੜਾ ਨੀ ਕੀਤਾ ਹੋਣਾ, ਤੇ ਪਰ ਉਸ ਪਾਪੀ ਬੰਦੇ ਨੇ ਕਿੱਦਾਂ ਇਹਨੂੰ ਵੇਚਿਆ, ਕਿੱਦਾਂ ਉਹ ਈਸਾ ਖਾਨ ਨਾਂ ਦਾ ਘਟੀਆ ਬੰਦਾ ਜਿਹਨੇ ਇਹਨੂੰ ਘਰੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ, ਰਾਤ ਨੂੰ ਇਹਨੂੰ ਸੰਗਲੀ ਨਾਲ ਬੰਨ ਦਿੰਦੇ ਸੀਗੇ ਤੇ ਦਿਨੇ ਸਾਰਾ ਦਿਨ ਇਹ ਤੋਂ ਗੋਹਾ ਚਕਾਉਂਦੇ ਸੀ ਕੰਮ ਕਰੋ, ਸੰਗਲੀ ਨਾਲ ਬੰਨ ਦਿੰਦਾ ਸੀ, ਉਹਦਾ ਚਿਹਰਾ ਮੋਹਰਾ ਬਦਲਤਾ ਸਿਰਫ 4 ਪੈਸੇ ਬਚਾਉਣ ਦੀ ਖਾਤਰ, ਉਹਦਾ ਧਰਮ ਤੱਕ ਬਦਲਤਾ ਬੱਚੇ ਦਾ, ਮਤਲਬ ਉਹਦੀਆਂ ਮੁੱਛਾਂ ਕੱਟ ਕੇ ਉਹਦੀ ਦਾੜੀ ਵਧਾ ਕੇ ਲਾਲ ਕਰਤੀ ਉਹਨੂੰ, ਉਹਦੇ ਚਿਹਰੇ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਜਾਣ ਲਈ, ਵੀ ਲੋਕ ਸਵਾਲ ਨਾ ਕਰਨ, ਲੋਕ ਸ਼ੱਕ ਨਾ ਕਰਨ ਵੀ ਇਹ ਇਹਨਾਂ ਦਾ ਹੀ ਆ ਜਾਂ ਕੋਈ ਹੋਰ ਆ। ਈਸਾ ਖਾਨ ਨਾਂ ਦਾ ਉਹ ਗੁੱਜਰ ਵੀਰ ਅੱਜ ਵੀ ਉਹ ਚੋਮੋ ਪਿੰਡ 'ਚ ਰਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅੱਜ ਦੀ ਸਾਡੀ ਵੀਡੀਓ ਨੂੰ ਜ਼ਰੂਰ ਪੂਰਾ ਧਿਆਨ ਨਾਲ ਦੇਖਿਓ ਜੀ। ਇੱਕ ਰਾਜਸਥਾਨ ਦਾ ਰਹਿਣ ਵਾਲਾ ਵੀਰ ਦੀਪਕ ਸੋਨੀ, ਜਿਹੜਾ ਸਿੱਧਾ ਸੀ, ਪੱਧਰਾ ਸੀ ਦਿਮਾਗ ਤੋਂ, ਉਹਦਾ ਭਰਾ ਉਹਨੂੰ ਦਰਬਾਰ ਸਾਹਿਬ ਇਸ਼ਨਾਨ ਕਰਾਉਣ ਲਈ ਲੈ ਕੇ ਆਇਆ ਵੀ ਉੱਥੇ ਆ ਕੇ ਮੇਰਾ ਭਰਾ ਨੂੰ ਸਮੱਤ ਬੁੱਧੀ ਮਿਲੂਗੀ ਠੀਕ। ਜਨਮ ਵੀ 2015 ਦੇ ਵਿੱਚ ਆਪਣੇ ਭਰਾ ਤੋਂ ਵਿਛੜ ਗਿਆ ਦਰਬਾਰ ਸਾਹਿਬ ਤੋਂ, ਉੱਥੋਂ ਕਿੱਦਾਂ ਉਹ ਚੋਮੋ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਗੁਜਰਾਂ ਦੇ ਬਾੜੇ 'ਚ ਪਹੁੰਚਿਆ। ਗੁਜਰਾਂ ਦੇ ਬਾੜੇ ਵਿੱਚ ਉਹਨੂੰ ਗੋਹਾ ਚਕਾਇਆ ਜਾਂਦਾ, ਸੰਗਲੀ ਨਾਲ ਰਾਤ ਨੂੰ ਬੰਨ ਦਿੱਤਾ ਜਾਂਦਾ, ਕੁੱਟਮਾਰ ਕੀਤੀ ਜਾਂਦੀ। ਅਤੇ ਉੱਥੋਂ 2020 ਦੇ ਵਿੱਚ ਬਾਈ ਕੇਸਰ ਸਿੰਘ ਹੁਣੀ ਉਹਨੂੰ ਉੱਥੋਂ ਛੁਡਾਉਂਦੇ ਆ ਗੁਜਰਾਂ ਦੇ ਬਾੜੇ ਤੋਂ, ਇਹ ਸਾਡੇ ਸੁਪਨਿਆਂ ਦੇ ਘਰ ਪਹੁੰਚਾਉਂਦੇ ਆ। ਅਤੇ ਸੁਪਨਿਆਂ ਦੇ ਘਰ ਤੋਂ ਉਹ 2020, 2021, 2022, 2023 ਅੱਜ 24 ਚੱਲਦਾ। 6 ਅਪ੍ਰੈਲ 2024 ਦਾ ਦਿਨ ਜਿਹਨੂੰ ਉਹਦੇ ਪਰਿਵਾਰ ਨੂੰ ਪਤਾ ਲੱਗਿਆ ਵੀ ਸਾਡਾ ਦੀਪਕ ਨੁਕਤਾਰੀ ਸੇਵਾ 'ਚ ਰਹਿੰਦਾ, ਅਤੇ ਅੱਜ ਉਹ ਆਪਣੇ ਪਰਿਵਾਰ ਨੂੰ ਮਿਲਿਆ। ਅਤੇ ਸ਼ੇਅਰ ਵੀ ਕਰਿਓ ਵੀਡੀਓ, ਦੇਖਿਓ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਵਿਛੜਿਆ ਹੋਇਆ ਭਰਾ ਆਪਣੇ ਭਰਾ ਨੂੰ ਮਿਲੂਗਾ। 8-9 ਸਾਲ ਪਹਿਲਾਂ 2015 'ਚ ਇੱਕ ਭਰਾ ਆਪਣੇ ਭਰਾ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਘਰ ਮੱਥਾ ਟੇਕਣ ਆਉਂਦਾ। ਭਰਾ ਥੋੜ੍ਹਾ ਸਿੱਧਾ ਸੀ ਜਨਮ ਤੋਂ, ਅਤੇ ਉਹਨੂੰ ਕਿਸੇ ਨੇ ਕਿਹਾ ਵੀ ਤੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਆ, ਰਾਜਸਥਾਨ ਦਾ ਰਹਿਣ ਵਾਲਾ ਸੀ, ਵੀ ਉੱਥੇ ਆਪਦੇ ਭਰਾ ਦੇ ਦਰਸ਼ਨ ਕਰਾ ਕੇ ਲੈ ਕੇ ਆ, ਗੁਰੂ ਘਰ ਲੈ ਕੇ ਜਾ, ਉੱਥੇ ਦੁੱਖ ਭੰਜਨੀ ਸਾਹਿਬ ਦੀ ਬੇੜੀ ਆ ਜਿਹਦੇ ਨਾਲ ਦੁੱਖ ਕੱਟੇ ਜਾਂਦੇ ਆ, ਵੀ ਉੱਥੇ ਲੈ ਕੇ ਜਾ, ਉੱਥੇ ਇਸ਼ਨਾਨ ਕਰਾ ਕੇ ਲਿਆ, ਤੇਰਾ ਭਰਾ ਠੀਕ ਹੋ ਜਾਊਗਾ। ਅਤੇ ਉਹ ਵੀਰ 2015 'ਚ ਰਾਜਸਥਾਨ ਤੋਂ ਆਪਣੇ ਭਰਾ ਨੂੰ ਦਰਬਾਰ ਸਾਹਿਬ ਲੈ ਕੇ ਆਉਂਦਾ ਮੱਥਾ ਟੇਕਣ। ਦਰਬਾਰ ਸਾਹਿਬ ਆ ਕੇ ਦਰਸ਼ਨ ਕਰਦੇ ਆ, ਮੱਥਾ ਟੇਕਦੇ ਆ, ਨਹਾਉਂਦੇ ਆ, ਇਸ਼ਨਾਨ ਕਰਦੇ ਆ, ਅਤੇ ਰਾਤ ਨੂੰ ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ ਹੀ ਸੌ ਜਾਂਦੇ, ਅਤੇ ਸਵੇਰੇ ਉੱਠਦਾ ਅਤੇ ਉਹਦਾ ਭਰਾ ਕਿਤੇ ਨਹੀਂ ਲੱਭਦਾ, ਉਹਨੂੰ ਕਿਤੇ ਨਜ਼ਰ ਨਹੀਂ ਆਉਂਦਾ ਭਰਾ। ਇਹ ਆ ਉਹ ਭਰਾ ਦੀਪਕ, ਦੀਪਕ ਸੋਨੀ। ਅੱਜ 13 ਜਨਵਰੀ 2015 ਨੂੰ ਵਿਛੜਿਆ ਭਰਾ, ਅੱਜ 5 ਅਪ੍ਰੈਲ 2024 ਅੱਜ ਮਿਲੂਗਾ। ਇਹ
ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ, ਤੁਹਾਡੀਆਂ ਦਿੱਤੀਆਂ ਹੋਈਆਂ ਦੁਆਵਾਂ, ਤੁਹਾਡੀਆਂ ਕੀਤੀਆਂ ਹੋਈਆਂ ਅਰਦਾਸਾਂ, ਕੌਣ ਹੈ ਸੋਨੀ? ਸੋਨੀ ਕੌਣ? ਹਜੇ ਤੁਹਾਨੂੰ ਪੂਰੀ ਗੱਲ ਸੁਣਾਉਣੇ ਆ, ਇਹ ਵਿਛੜੇ ਕਿਵੇਂ? ਆਪਾਂ ਕਹਿ ਦਿੰਦੇ ਹਾਂ ਗੁੱਜਰ ਭਾਈਚਾਰਾ ਸਾਡੇ ਨਾਲ ਕਈ ਵੀ ਇਤਰਾਜ਼ ਕਰਦਾ ਵੀ ਤੁਸੀਂ ਸਾਨੂੰ ਸਾਰਿਆਂ ਨੂੰ ਬਦਨਾਮ ਕਰਦੇ ਹੋ। ਗੁੱਜਰਾਂ ਦੇ ਬਾੜੇ ਨੂੰ ਸੁਣਾਇਆ ਸੀ ਵੀਰ। ਦੀਪਕ ਕੌਣ ਆ ਗਿਆ? ਕੌਣ ਆ ਗਿਆ ਭਾਈ? ਹੈ ਭਾਈ ਯਾਰ, ਦੇਵਤਾ ਬੰਦਾ ਹੈ ਯਾਰ। ਦੀਪਕ ਕੌਣ ਹੈ? ਬੜਾ ਭਾਈ ਪਹੁੰਚੂ, ਬੜੇ ਬਾਈਕ ਪਹੁੰਚੂ ਉੱਤੇ, ਬੜੇ ਬਾਈਕ ਤੇਰੇ ਕੋ ਪਤਾ? ਤੇਰਾ ਬੜਾ ਬਾਈ ਹਰ ਰੋਜ਼ ਰੋਤਾ ਹੈ ਵੀ ਮੇਰੇ ਸੇ ਮੇਰਾ ਭਾਈ ਵਿਛੜ ਗਿਆ, ਮੇਰੀ ਗਲਤੀ ਹੈ, ਮੈਂ ਉਸਕੋ ਗੁਰਦੁਆਰਾ ਲੈ ਕੇ ਗਿਆ ਥਾ, ਮੇਰਾ ਭਾਈ ਗੁੰਮ ਗਿਆ, ਸਭੀ ਲੋਕ ਬੋਲਤੇ ਥੇ ਤੂੰ ਛੋੜ ਆਇਆ, ਤੂੰ ਕਹਾਂ ਛੋੜ ਆਇਆ ਉਸਕੋ, ਪਤਾ ਹੀ ਹੈ ਹਮੇ ਭਾਈ, ਯਹੀ ਕਹਤੇ ਲੋਕ, ਉਸਕੋ ਕਿਤਨੇ ਤਾਨੇ ਮੇਨੇ ਪੜਤੇ ਥੇ ਵੀ ਤੁਮ ਖੁਦ ਹੀ ਛੋੜ ਆਏ ਹੋ, ਜਾਨ ਬੋਝ ਕੇ ਆਪਣੇ ਭਾਈ ਕੋ ਛੋੜ ਆਏ ਹੋ ਤੁਮ ਕਹੀਂ, ਐਸਾ ਬੋਲਤੇ ਥੇ ਸਭ ਲੋਕ ਇਸਕੋ। ਦੀਪਕ ਕਿਆ ਹੁਆ ਥਾ ਜਬ ਤੂੰ ਭਾਈ ਸੇ ਅਲੱਗ ਹੁਆ ਥਾ, ਕਹਾਂ ਗਿਆ ਥਾ ਤੂੰ, ਕਿੱਥੇ? ਗੁਰਦੁਆਰਾ ਮੇ ਤੋ ਜਬ ਤੂੰ ਰਾਤ ਕੋ ਗੁਰਦੁਆਰਾ ਸੇ ਬਾਹਰ ਗਿਆ, ਭਾਈ ਕਹਾਂ ਥਾ ਤਬ? ਹੈਂ ਕਿਆ ਕਰ ਰਹਾ ਥਾ ਜੀ ਗੁਰਦੁਆਰਾ ਮੇ ਥੇ ਜੇ ਭਾਈ ਕਹਾਂ ਥਾ? ਨਹੀਂ ਸਾਥੀ ਥਾ ਨਾ ਤੇਰੇ, ਵਹਾਂ ਸੇ ਤੋ ਸਾਥੀ ਆਏ ਥੇ ਨਾ, ਉਸਕੇ ਬਾਅਦ ਕਹਾਂ ਚਲੇ ਗਿਆ ਤੂੰ? ਹੈਂ ਬੋਲ ਕੇ ਬਤਾਓ ਅੱਛੀ ਸੇ, ਕਿਆ ਹੁਆ ਥਾ, ਤੁਸੀਂ ਕੀ ਕਰ ਰਹੇ ਸੀ ਉਦੋਂ ਜਦੋਂ ਇਹ ਗੁੰਮਿਆ? ਬਾਥਰੂਮ ਕਰਨ ਗਏ ਨਾ, ਅੱਖਾਂ ਗਏ ਚ, ਤੁਸੀਂ ਕੋਈ ਬੈਠਾ ਕੇ ਕਹਾਂ ਗਿਆ ਬਾਥਰੂਮ ਕਰਨ, ਫਿਰ ਤੂੰ ਕਹਾਂ ਚਲਾ ਗਿਆ? ਕਿਆ ਬੋਲ ਕੇ ਗਿਆ ਥਾ ਤੂੰ ਇਸਕੋ? ਕਿਆ ਬੋਲਾ ਥਾ ਇਸਕੋ ਤੂੰ? ਹਾਂ ਕੀ ਗੱਲ ਹੋਈ ਸੀ ਬੋਲ ਕੇ ਦੱਸ ਦੀਪਕ, ਡਰ ਮਤ ਬੇਟਾ, ਜੋ ਬੰਦੇ ਕੋ ਤੇਰੇ ਕੋ ਜੋ ਲੈ ਕੇ ਆਇਆ ਬਾਹਰ ਦੇ ਬੰਦੇ, ਉਨਕੋ ਪੁਲਿਸ ਕੋ ਪਕੜਵਾਉਣਾ ਹੈ ਹਮਨੇ, ਗੁੱਜਰ ਥਾ ਨਾ ਵੋ, ਉਸਕੋ ਪੁਲਿਸ ਕੋ ਪਕੜਵਾਏਂਗੇ ਹਮ, ਤੁਮ ਪਹਿਲੇ ਜੇ ਬਤਾਓ, ਜਬ ਭਾਈ ਤੇਰਾ ਵਹਾਂ ਥਾ ਗੁਰਦੁਆਰਾ ਮੇ, ਤੂੰ ਇਸਸੇ ਅਲੱਗ ਕਿਉਂ ਹੋ ਗਿਆ, ਕੋਈ ਲੈ ਕੇ ਗਿਆ ਥਾ ਤੇਰੇ ਕੋ? ਹਾਂ ਮੈਂ ਗਿਆ। ਤੂੰ ਖੁਦ ਹੀ ਹੋ ਗਿਆ, ਕਿਉਂ ਤੂੰ ਕਹਾਂ ਚਲਾ ਗਿਆ ਥਾ ਫਿਰ? ਗਾੜੀ ਮੇ। ਗਾੜੀ ਮੇ? ਗਾੜੀ ਮੇ ਕਹਾਂ ਪੇ? ਉਹ ਉਸ ਗੁੱਜਰ ਭਾਈ ਕੇ ਯਹਾਂ ਕੈਸੇ ਪਹੁੰਚ ਗਿਆ ਥਾ ਤੂੰ? ਕੌਨ ਸਾ ਗਾਉਂ ਥਾ ਵੋ? ਹੈਂ ਕਿਆ ਨਾਮ ਥਾ ਗਾਉਂ ਕਾ? ਦੇਖੋ ਅੱਜ 9 ਸਾਲਾਂ ਬਾਅਦ ਕਰੀਬ ਮਿਲਿਆ ਭਰਾ ਨੂੰ ਭਰਾ, ਹਨਾ, ਤੇ ਇਹ ਜੀ ਕੋ ਨੂੰ ਜੀ ਉਹ ਵਾਹਿਗੁਰੂ ਦੀ ਭਗਵਾਨ ਦੀ ਕਿਰਪਾ, ਦੀਪਕ ਸੋਨੀ ਅੱਜ ਆਪਣੇ ਖੂਨ ਨੂੰ ਦੁਬਾਰਾ ਮਿਲਿਆ, ਆਪਣੇ ਖੂਨ ਨੂੰ, ਦੋਨੋਂ ਸਕੇ ਭਰਾ ਨੇ, ਤੇ ਦੋਨੋਂ ਭਰਾ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਚ ਆਏ, ਵਿਛੜ ਗਏ, ਆ ਜਾਓ ਇੱਥੇ ਆ ਜਾਓਗੇ, ਤੇ ਅੱਜ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਹੀ, ਆ ਜਾ ਦੀਪਕ ਇੱਧਰ ਆ ਜਾ ਬੇਟਾ, ਦੁਬਾਰਾ ਦੋਨੇ ਭਰਾ ਮਿਲੇ ਨੇ। ਇਹ ਸਕਾ ਭਰਾ ਵੀਰਾ ਉਹਦਾ ਲੈਣ ਆਇਆ ਉਹਨੂੰ, ਨਾਲ ਉਹਦੇ ਮਾਸੀ ਦਾ ਬੇਟਾ ਵਾ ਇੱਕ, ਇਹ ਵੀ ਮਾਸੀ ਦਾ ਬੇਟਾ, ਇਹ ਜੀਜਾ ਜੀ ਨੇ, ਇਹ ਵੀਰਾ ਪਿੰਡ ਦੇ ਵਿੱਚੋਂ ਪੜੋਸੀ ਆ।
ਤੇ ਇਹ ਸਾਰੇ ਵੀਰ ਰਾਜਸਥਾਨ ਤੋਂ ਆਏ ਨੇ। ਜ਼ਿਲ੍ਹਾ ਹੈਗਾ ਤੁਹਾਡਾ ਕਰੋਲੀ, ਜ਼ਿਲ੍ਹਾ ਕਰੋਲੀ ਆ ਤੇ ਪਿੰਡ ਦਾ ਨਾਂ ਹੈਗਾ ਹਿਡਨੋਨ ਸਿਟੀ, ਸ਼ਹਿਰ ਦੇ ਵਿੱਚ ਰਹਿੰਦੇ ਹੋ ਹਨਾ। ਇਹ ਕੋਈ ਕਣਕ ਵਾਲ ਕਹਿੰਦਾ ਸੀ, ਉਹ ਕੀ ਹੈ ਕਣਕ ਵਾਲ? ਤੇਰਾ ਗਾਓ ਕਾ ਨਾਮ ਕਿਆ ਹੈ? ਤੁਮ ਇੱਕ ਔਰ ਬੋਲਤੇ ਥੇ ਗਾਓ ਕਾ ਨਾਮ? ਇੰਦੌਰ ਨਹੀਂ, ਕਣਕ ਵਾਲ ਕਿਆ ਥਾ? ਇਹ ਆ ਕਹਿੰਦਾ ਸੀ ਸਾਨੂੰ, ਅੱਛਾ ਸਾਨੂੰ ਸਮਝ ਨਹੀਂ ਸੀ ਆ ਰਹੀ ਇਹਦੀ। ਇੱਕ ਇਹ 5 ਸਾਲ ਹੁਣ ਉਹਨਾਂ ਕੋਲ ਰਿਹਾ ਕਰਕੇ ਇਹ ਪੰਜਾਬੀ ਤੇ ਮਿਕਸ ਜਿਹਾ ਹੋ ਗਿਆ, ਸਾਨੂੰ ਇਹੀ ਨਹੀਂ ਪਰ ਹੁਣ ਜਿਵੇਂ ਤਾਂ ਰਾਜਸਥਾਨੀ ਭਾਸ਼ਾ ਜੇ ਬੋਲਦਾ ਫਿਰ ਸਾਨੂੰ ਪਤਾ ਲੱਗ ਜਾਣਾ ਰਾਜਸਥਾਨੀ ਭਾਸ਼ਾ ਦਾ ਨੇ ਇੱਕ ਵੀ ਵਰਡ ਨਹੀਂ ਬੋਲਿਆ, ਰਾਜਸਥਾਨੀ ਤਾਂ ਭੁੱਲ ਹੀ ਗਿਆ ਹੈ। ਹੁਣ ਜਿਵੇਂ ਤੁਸੀਂ ਬੋਲਦੇ ਹੋ ਠੇਠ ਰਾਜਸਥਾਨੀ, ਉਹਦੇ ਐਕਸੈਂਟ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਹਰਿਆਣਵੀ ਬੋਲਦਾ, ਰਾਜਸਥਾਨੀ ਬੋਲਦਾ, ਹਿੰਦੀ ਯੂਪੀ ਦਾ ਵਾ, ਬਿਹਾਰ ਦਾ, ਹਨਾ, ਇਹਨਾਂ ਚੀਜ਼ਾਂ ਦਾ। ਇਹਦੇ ਤੋਂ ਇੱਕ ਤਾਂ ਆਵਾਜ਼ ਜਿਹੜੀ ਥੋੜ੍ਹੀ ਪਤਲੀ ਕਰਕੇ ਸ਼ਰਮ ਦਾ ਮਾਰਾ, ਇਹ ਬਹੁਤ ਘੱਟ ਬੋਲਦਾ, ਮਤਲਬ ਇੱਕ ਵਾਰੀ ਜਦੋਂ ਬੋਲਦਾ ਤਾਂ ਜਦੇ ਹੀ ਇਹਨੂੰ ਸ਼ਰਮ ਜੀ ਆ ਜਾਂਦੀ ਮੇਰੀ ਆਵਾਜ਼ ਇੰਨੀ ਪਤਲੀ, ਫਿਰ ਦੂਜੀ ਵਾਰੀ ਇਹ ਬੋਲਦਾ ਹੀ ਨਹੀਂ, ਇਸ ਕਰਕੇ ਵੀ ਸਾਨੂੰ ਬੜੀ ਦਿੱਕਤ ਆਈ ਇਹਦੀ। ਨਹੀਂ ਤਾਂ ਡਰੈਸ ਤਾਂ ਅਸੀਂ 3000 ਦੇ ਕਰੀਬ ਮੈਂਬਰ ਹੁਣ ਤੱਕ ਘਰਾਂ 'ਚ ਜਾ ਚੁੱਕੇ, ਇਹਨਾਂ ਦੇ ਘਰ ਲੱਭ ਗਏ ਆ ਸੋਸ਼ਲ ਮੀਡੀਆ ਰਾਹੀਂ, ਕੋਈ ਬੰਦਾ ਡਰੈਸ ਦੱਸਦਾ ਵਾ ਜਦੋਂ, ਅੱਜ ਕੱਲ੍ਹ ਲੱਭਣਾ ਔਖਾ ਨਹੀਂ ਗੂਗਲ 'ਤੇ ਸਾਰਾ ਕੁਛ ਪਿਆ ਹੈ ਨਾ, ਪਰ ਇਹਨੇ ਇਹ ਆਪਣਾ ਸਹੀ ਡਰੈਸ ਦੱਸ ਹੀ ਨਹੀਂ ਪਾਇਆ ਸਾਨੂੰ ਅੱਜ ਤੱਕ ਤੇ। ਪਰ ਅੱਜ ਬਹੁਤ ਕਿਰਪਾ ਵਾਹਿਗੁਰੂ ਦੀ ਹੋਈ ਹੈ, ਤੁਸੀਂ ਆਏ ਹੋ। ਤੁਹਾਨੂੰ ਕਿਵੇਂ ਪਤਾ ਲੱਗੀ, ਆਪਕੋ ਕੈਸੇ ਪਤਾ ਚਲਾ? ਵਿਵਸਥਾ ਬਣਾ ਕੇ ਫਿਰ ਫੋਨ ਕੀਆ ਕਿ ਤੁਮ ਆ ਜਾਓ, 8-10 ਦਿਨ ਮੈਂ ਪਤਾ ਲਗਾ ਲਿਆ ਉਹਨਾਂ ਨੇ, ਆਪ ਵਹਾਂ ਪਹੁੰਚੋ ਔਰ ਆਪਕੋ ਮਿਲੇਗਾ। ਵਿਕਰਮਜੀਤ ਸਿੰਘ ਅੰਮ੍ਰਿਤਸਰ ਕੇ, ਇਸ਼ਤਿਹਾਰ ਆ ਜੀ, ਸ਼ੋਰੋ ਗੋਸ਼ਾ ਕਹਿੰਦੇ ਇਹਨੂੰ, ਸ਼ੋਰੋ ਗੋਗਾ। ਤੇ ਇਹ ਸ਼ੋਰੋ ਗੋਗਾ ਹੁੰਦਾ ਜੇ ਕੋਈ ਬੰਦਾ ਗੁੰਮ ਜਾਂਦਾ ਤਾਂ ਉਹਦੀ ਗੁੰਮਸ਼ੁਦਾ ਐਪਲੀਕੇਸ਼ਨ ਉੱਥੇ ਦਾਇਰ ਕੀਤੀ ਜਾਂਦੀ ਆ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਛੋਟੇ ਵੀਰੇ, ਬਹੁਤ ਵਧੀਆ ਵੀਰੇ, ਬਹੁਤ ਵਧੀਆ। ਪਹਿਲਾਂ ਤੇਰਾ ਬਹੁਤ ਧੰਨਵਾਦ ਛੋਟੇ ਵੀਰ, ਤੂੰ ਯਾਰ ਇੱਕ ਵਿਛੜਿਆ ਹੋਇਆ ਭਰਾ ਮਿਲਾਤਾ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀਰੇ? ਅੱਛਾ ਜੀ, ਹਾਂ ਉਧਰ ਆਪਾਂ ਇਹਨਾਂ ਨੂੰ ਫੋਨ ਲਾਇਆ ਸੀ ਹਨਾ। ਹਾਂ 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 ਹਾਂ, ਠੀਕ ਹੈ ਠੀਕ ਹੈ, ਉਧਰ ਫਿਰ ਆਪਣੀ ਗੱਲ ਹੋਈ ਸੀ ਫੋਨ ਤੇ, ਹਾਂ ਮੈਨੂੰ ਚੇਤੇ ਆ ਗਿਆ। ਬਿਲਕੁਲ ਬਿਲਕੁਲ, ਮੈਨੂੰ ਯਾਦ ਆ ਗਿਆ, ਸੱਚ ਆਪਣੀ ਗੱਲ ਹੋਈ ਸੀ ਇਹ ਨਾ ਜੀ। ਇਹਨਾਂ ਨੇ ਜਦੋਂ ਫੋਟੋ ਪਾਈ ਵਟਸਐਪ ਤੇ ਜਿਹੜੀ ਤੁਸੀਂ ਦੀਪਕ ਵਾਲੀ ਫੋਟੋ ਪਾਈ ਸੀ, ਤੇ ਉਹ ਮੈਨੂੰ ਮੁੰਡੇ ਨੇ ਸਾਡੀ ਟੀਮ ਦੇ ਮੈਂਬਰ ਨੇ ਫੋਟੋ ਦਿਖਾਈ ਵੀ ਆ ਦੀਪਕ ਲੱਗਦਾ ਆਪਣਾ, ਜਦੋਂ ਮੈਂ ਤਾਂ ਜਦੀ ਪਛਾਣ ਲਿਆ ਵੀ ਦੀਪਕ ਕੀ, ਅਸੀਂ ਇਹਨੂੰ ਨਹੀਂ ਦੱਸਿਆ ਪਰ, ਤੇ ਅਸੀਂ ਜਦੀ ਇਹਨੂੰ ਬਾਈ ਨੂੰ ਫੋਨ ਲਾਇਆ ਜੀ ਨੇ ਭੇਜੀ ਸੀ ਫੋਟੋ, ਮੈਂ ਕਿਹਾ ਬਾਈ ਯਾਰ ਇਹ ਤਾਂ ਬੰਦਾ ਸਾਡੇ ਕੋਲੇ ਆ। ਇਹ ਵੀ ਬਾਈ ਬਹੁਤ ਖੁਸ਼ ਹੋਇਆ, ਕਹਿੰਦਾ ਯਾਰ ਫਿਰ ਜਿਹੜੇ ਬੰਦੇ ਸਾਡੇ ਵਿਹਲੀ ਆ ਵੀ ਉਹਨਾਂ ਨਾਲ ਮੈਂ ਗੱਲ ਕਰਦਾ ਵੀ ਰਾਜਸਥਾਨ ਦੇ ਆ, ਉਹਨਾਂ ਦਾ ਭਰਾ ਵਾ ਇਹ। ਹਾਂ ਚਲੋ ਧੰਨਵਾਦ ਵਿਕਰਮ ਵੀਰੇ, ਤੂੰ ਵਿਚਾਲੇ ਨਾ, ਕੌਣ ਹੈ ਕੌਣ ਹੈ, ਨਮਸਤੇ ਕਰ ਦੋਨੋਂ ਵਾਰ ਜੁੜ ਕੇ।
ऐसे के के कौन है बोल बोल मसी दीपक आज तो खुश है ना। ਇਸ ਤਰ੍ਹਾਂ ਦੇ ਰੱਬ ਬੰਦਿਆਂ ਦੇ ਨਾਲ ਇਹੋ ਜਿਹੇ ਘਟੀਆ ਲੋਕ ਆ ਜਿਹੜੇ 5-4 ਹਜ਼ਾਰ ਰੁਪਈਏ ਪਿੱਛੇ ਇਹਨੂੰ ਜਦੋਂ ਵੇਚਿਆ ਗਿਆ ਹੋਊ ਬਾਈ ਇਹ ਕੋਈ ਲੱਖਾਂ ਦਾ ਥੋੜੀ ਵਿਕਿਆ ਹੋਊ ਬੰਦਾ ਜਿਹਨੇ ਇਹਨੂੰ ਗੁਰੂ ਰਾਮਦਾਸ ਦੇ ਘਰੋਂ ਚੋਰੀ ਕੀਤਾ ਮਾਂ ਦਾ ਪੁੱਤ ਗੁਰੂ ਰਾਮਦਾਸ ਦੇ ਘਰੋਂ ਮਾਂ ਦਾ ਪੁੱਤ ਚੋਰੀ ਕਰਿਆ ਉਹ ਭਰਾ ਜਿਹਦੇ ਮੱਥੇ ਤੇ ਦਾਗ ਲਾਤਾ ਸਾਰੀ ਜ਼ਿੰਦਗੀ ਲਈ ਵਿਚਾਰੇ ਦੇ ਵੀ ਤੂੰ ਜਾਣ ਕੇ ਆਪਣੇ ਭਰਾ ਨੂੰ ਛੱਡਿਆ ਆ ਦੇਖ ਕੌਣ ਕੌਣ ਗੱਲ ਕਰ ਰਿਹਾ ਜੇ ਕੌਣ ਦੀਪਕ ਜੇ ਕੌਣ ਹੈ ਦੀਪਕ ਕੀ ਭਾਬੀ ਹੈ ਦੀਪਕ ਭਾਬੀ ਕੋ ਨਮਸਤੇ ਬੋਲੋ ਹੱਥ ਜੋੜ ਇਧਰ ਕੌਣ ਹੈ ਮੰਮੀ ਜੀ ਬਾਤ ਕਰੋ ਜੇ ਕੌਣ ਹੈ ਕੌਣ ਹੈ ਦੀਪਕ ਜੇ ਕੌਣ ਹੈ ਤੇ ਦੇਖੋ ਭਾਂਜੀ ਇਸ ਕੇ ਜੇ ਭਾਂਜੀ ਹੈ ਦੀਪਕ ਕਿਤਨੀ ਬੜੀ ਹੋ ਗਈ ਹੈ ਭਾਂਜੀ ਰੋਈ ਜਾਂਦੇ ਜੀ ਪਰਿਵਾਰ ਦੇ ਮੈਂਬਰ ਭਾਬੀ ਰੋਈ ਜਾਂਦੀ ਆ ਮਤਲਬ ਐਡਾ ਵੱਡਾ ਵਿਛੋੜਾ ਹਨਾ 8-9 ਸਾਲ ਦਾ ਮਾਂ ਬਾਪ ਤੋਂ ਦੂਰ ਕਰਤਾ ਭੈਣਾਂ ਭਰਾਵਾਂ ਤੋਂ ਦੂਰ ਕਰਤਾ ਇੱਕ ਸਿੱਧਾ ਪੱਧਰਾ ਬੰਦਾ ਵਿਚਾਰਾ ਗਊ ਬੰਦਾ ਜਮਾਂ ਕੱਲਾ ਕਹਿਣ ਨੂੰ ਨਹੀਂ ਜਮਾਂ ਹੀ ਕੁੜੀਆਂ ਵਰਗਾ ਆਵਾਜ਼ ਵੀ ਵਿਚਾਰੇ ਦੀ ਕੁੜੀਆਂ ਵਰਗੀ ਇੰਨਾ ਸਾਊ ਆ ਤੇ ਸਾਰੀ ਜ਼ਿੰਦਗੀ 'ਚ ਇਹਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਹੋਣਾ ਤੇ ਪਰ ਉਸ ਪਾਪੀ ਬੰਦੇ ਨੇ ਕਿੱਦਾਂ ਇਹਨੂੰ ਵੇਚਿਆ ਕਿੱਦਾਂ ਉਹ ਈਸਾ ਖਾਨ ਨਾਂ ਦਾ ਘਟੀਆ ਬੰਦਾ ਜਿਹਨੇ ਇਹਨੂੰ ਘਰੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਰਾਤ ਨੂੰ ਇਹਨੂੰ ਸੰਗਲੀ ਨਾਲ ਬੰਨ ਦਿੰਦੇ ਸੀਗੇ ਤੇ ਦਿਨੇ ਸਾਰਾ ਦਿਨ ਇਹ ਤੋਂ ਗੋਹਾ ਚਕਾਉਂਦੇ ਸੀ ਕੰਮ ਕਰਾਉਂਦੇ ਸੀ ਗੁੱਜਰਾਂ ਦੇ ਬਾੜੇ ਦੇ ਵਿੱਚ ਸੀਗਾ ਅਸੀਂ ਸਾਰੇ ਭਾਈਚਾਰੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਪਰ ਬਹੁਤ ਸਾਰੇ ਗੁੱਜਰ ਭਾਈਚਾਰੇ 'ਚ ਲੋਕ ਆ ਉਹਨਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਸ਼ਰਮ ਆਉਣੀ ਚਾਹੀਦੀ ਆ ਵੀ ਪੰਜਾਬ ਵਿੱਚ ਰਹਿ ਕੇ ਤੁਸੀਂ ਇੱਦਾਂ ਦੀਆਂ ਘਟੀਆ ਗੱਲਾਂ ਕਰਦੇ ਹੋ 10-12 ਹਜ਼ਾਰ 15 ਹਜ਼ਾਰ ਤੇ ਕੋਈ ਬੰਦਾ ਤੁਸੀਂ ਕੰਮ 'ਤੇ ਰੱਖ ਲਓ ਜੇ ਰੱਖਣਾ ਵਾ ਤੁਸੀਂ ਇੱਦਾਂ ਮਾਵਾਂ ਦੇ ਪੁੱਤ ਚੱਕ ਕੇ ਥੋੜ੍ਹੀ ਉਹਨਾਂ ਤੋਂ ਗੋਹਾ ਚਕਾਵੋਗੇ ਕੌਣ ਹੈ ਦੀਪਕ ਹੈ ਮੌਸੀ ਹੈ ਨਮਸਤੇ ਬੋਲੋ ਮੌਸੀ ਕੋ ਰਾਮ ਰਾਮ ਦੇਖੋ ਸਾਰੇ ਪਰਿਵਾਰ ਨੂੰ ਕਿੰਨਾ ਚਾਅ ਵਾ ਕਿੰਨੀ ਖੁਸ਼ੀ ਹੈ ਤੁਸੀਂ ਸੋਚ ਕੇ ਤਾਂ ਦੇਖੋ ਵੀ ਇੱਕ ਪਰਿਵਾਰ ਕਿੰਨੀਆਂ ਆਸਾਂ ਲੈ ਕੇ ਉਮੀਦਾਂ ਲੈ ਕੇ ਉੱਥੋਂ ਤੁਰਿਆ ਸੀ ਰਾਜਸਥਾਨ ਤੋਂ ਵੀ ਸਾਡਾ ਬੇਟਾ ਦਰਬਾਰ ਸਾਹਿਬ ਦਰਸ਼ਨ ਕਰਕੇ ਆਊਗਾ ਉੱਥੇ ਇਹਦੇ ਦੁੱਖ ਦੂਰ ਹੋ ਜਾਣਗੇ ਠੀਕ ਹੋ ਜਾਊਗਾ ਉੱਥੇ ਜਾ ਕੇ ਪਰ ਉੱਥੇ ਕੁਛ ਘਟੀਆ ਲੋਕ ਉਸ ਪਰਿਸਰ ਦੇ ਵਿੱਚ ਘੁੰਮਦੇ ਨੇ ਜਿਹੜੇ ਬਹਿਰੂਪੀਏ ਇਨਸਾਨਾਂ ਦੇ ਜਾਮੇ ਦੇ ਵਿੱਚ ਹੀ ਘੁੰਮਦੇ ਨੇ ਉੱਥੇ ਪਰ ਇਸ ਤਰ੍ਹਾਂ ਦੇ ਸਿੱਧੇ ਪੱਧਰੇ ਬੰਦੇ ਜਿੱਥੇ ਮਾਵਾਂ ਆਪਣੇ ਪੁੱਤਾਂ ਨੂੰ ਲੈ ਕੇ ਆਉਂਦੀਆਂ ਭੈਣਾਂ ਭਰਾਵਾਂ ਨੂੰ ਲੈ ਕੇ ਆਉਂਦੀਆਂ ਭਰਾ ਆਪਦੇ ਭਰਾਵਾਂ ਨੂੰ ਲੈ ਕੇ ਆਉਂਦੇ ਨੇ ਅਤੇ ਉਹ ਇਹੋ ਜਿਹੇ ਬੰਦਿਆਂ ਨੂੰ ਇੱਦਾਂ ਗਿਲਜ ਦੀਆਂ ਅੱਖਾਂ ਦੇ ਨਾਲ ਇੱਦਾਂ ਦੇਖਦੇ ਨੇ ਬੈਠੇ ਉਹ ਜਦੋਂ ਹੀ ਮਾੜਾ ਜਿਹਾ ਪਰਿਵਾਰ ਤੋਂ ਇੱਧਰ ਉੱਧਰ ਹੁੰਦਾ ਜਦੋਂ ਹੀ ਉਹਨਾਂ ਨੂੰ ਝਪੱਟਾ ਮਾਰ ਕੇ ਚੱਕ ਕੇ ਲੈ ਜਾਂਦੇ ਜਿਵੇਂ ਕਿਸੇ ਨੂੰ ਕਿੱਦਾਂ ਕਿਵੇਂ ਕਿੱਥੇ ਵੇਚਿਆ ਅਤੇ ਉੱਥੋਂ ਕਿਵੇਂ ਅਮਲੋਹ ਜ਼ਿਲ੍ਹੇ ਦੇ ਵਿੱਚ ਇੱਥੇ ਲੁਧਿਆਣੇ ਸੋਰੀ ਲੁਧਿਆਣੇ ਦੇ ਨਾਲ ਖੰਨੇ ਦੇ ਕੋਲ ਅਮਲੋਹ ਆ ਜਿਹੜਾ ਇਲਾਕਾ ਉੱਥੇ ਦੀਪਕ ਕੰਮ ਕਰਦਾ ਸੀ ਚੋਮੋ ਪਿੰਡ ਸੀ ਲੁਧਿਆਣੇ ਜ਼ਿਲ੍ਹੇ ਦਾ ਚੋਮੋ ਪਿੰਡ ਮਲੌਦ ਦੇ ਕੋਲ ਅਤੇ ਉੱਥੇ ਇਹ ਵੀਰ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ ਗੋਹਾ ਚੱਕਣ ਦਾ ਮੱਝਾਂ ਨੂੰ ਸੰਭਾਲਣ ਦਾ ਅਤੇ ਇੱਕ ਛੱਪਰ ਸੀ ਬਣਿਆ ਹੋਇਆ ਜਿਹਦੇ ਵਿੱਚ ਮੱਝਾਂ ਬੰਨੀਆਂ ਹੋਈਆਂ ਸੀ 70-80
ਤੇ ਉੱਥੇ ਹੀ ਇੱਕ ਖਟੀਆ ਦੇ ਵਿੱਤੇ ਦੀਪਕ ਸੌਂਦਾ ਸੀ। ਐਡੀ ਐਡੀ ਦਾੜੀ ਵਧਾਈ ਹੋਈ ਸੀ ਇਹਦੀ, ਮੁੱਛਾਂ ਇਹਦੀਆਂ ਕੱਟੀਆਂ ਹੋਈਆਂ ਸੀ, ਅਤੇ ਇਹ ਦੇਖਣ ਨੂੰ ਐਂ ਲੱਗਦਾ ਸੀ ਜਿਵੇਂ ਇਹ ਵੀ ਗੁੱਜਰ ਭਾਈਚਾਰੇ ਦਾ ਹੀ ਬੰਦਾ ਹੁੰਦਾ। 16/2/2020 ਨੂੰ ਇਹ ਵੀਰ ਚੋਮੋ ਪਿੰਡ ਤੋਂ ਮਿਲਦਾ। ਇੱਥੇ ਧੰਨਵਾਦ ਕਰਦੇ ਹਾਂ ਅਸੀਂ ਬਾਈ ਦਾ, ਕੇਸਰ ਸਿੰਘ ਦਾ। ਕੇਸਰ ਸਿੰਘ ਬਾਈ ਨੇ ਨਾ ਬੜਾ ਜਿਗੜਾ ਕਰਕੇ ਉੱਥੇ ਪਿੰਡ ਦੇ ਵਿੱਚ ਵਿਰੋਧ ਲਿਆ। ਉਹਨੇ ਜਦੋਂ ਇਹਨੂੰ ਕੰਮ ਕਰਦੇ ਨੂੰ ਉੱਥੇ ਦੇਖਿਆ, ਸੰਗਲ ਨਾਲ ਬੰਨੇ ਨੂੰ ਵੀ ਦੇਖਿਆ, ਕੁੱਟਮਾਰ ਹੁੰਦੀ ਦੇਖੀ, ਉਹਨੇ ਵਿਰੋਧ ਕੀਤਾ ਉੱਥੇ। ਪਰ ਉੱਥੋਂ ਦੇ ਕੁਛ ਚੰਦ ਲੋਕ ਜਿਹੜੇ 2-4 ਵੋਟਾਂ ਕਰਕੇ, ਵੀ ਗੁੱਜਰਾਂ ਦੀਆਂ ਵੋਟਾਂ ਸੀ ਉਹਨਾਂ ਦੀਆਂ 5-4, ਅਤੇ ਪਿੰਡ ਦੇ ਜਿਹੜੇ ਉਈ ਮੋਹਦਵਾਰ ਹੁੰਦੇ ਆ ਉਹ ਕਹਿੰਦੇ ਨਹੀਂ ਬਈ ਇਹ ਤਾਂ ਬੰਦੇ ਹੀ ਬਹੁਤ ਵਧੀਆ, ਗੁੱਜਰ ਇਹ ਮਾੜੇ ਨੀਗੇ, ਵੀ ਤੁਸੀਂ ਇਹਨੂੰ ਇਲਜ਼ਾਮ ਲਾਉਂਦੇ ਸਾਡੇ ਬੰਦੇ। ਤਾਂ ਫਿਰ ਕੇਸਰ ਬਾਈ ਉਹਨਾਂ ਨੇ ਉਹਨਾਂ ਨੂੰ ਵੀਡੀਓ ਦਿਖਾਈਆਂ, ਫੋਟੋਆਂ ਦਿਖਾਈਆਂ, ਵੀ ਆਹ ਦੇਖੋ ਇਹਨੂੰ ਬੰਨ੍ਹ ਕੇ ਰੱਖਦੇ ਰਾਤ ਨੂੰ ਸੰਗਲੀ ਨਾਲ, ਇਹ ਆਹ ਮੰਜੇ 'ਤੇ ਪੈਂਦਾ ਜਿੱਥੇ ਡੰਗਰ ਬੰਨੇ ਹੋਏ ਆ। ਇਹ ਬੰਦਾ ਆਪਣਾ ਨਾਂ ਦੀਪਕ ਦੱਸਦਾ, ਇਹ ਕਹੀ ਜਾਂਦੇ ਆ ਵੀ ਇਹ ਖਾਨ ਸਾਹਿਬ ਆ, ਉਹ ਹਿੰਦੂ ਭਾਈਚਾਰੇ ਦਾ ਬੰਦਾ। ਉਹ ਕਹਿੰਦੇ ਨਹੀਂ ਜੀ, ਇਹਦੀਆਂ ਮੁੱਛਾਂ ਕੱਟ ਕੇ ਕਹਿਤਾ ਵੀ ਨਹੀਂ ਇਹ ਖਾਨ ਆ। ਅਤੇ ਫਿਰ ਉਹਨਾਂ ਦੀ ਬਹੁਤ ਆਪਸ ਵਿੱਚ ਜਿੱਦੋ ਜਹਿਦ ਹੋਈ। ਫਿਰ ਕੇਸਰ ਬਾਈ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ, ਅਸੀਂ ਇੱਥੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਬੰਦਾ ਹਵਾਲੇ ਕਰ ਦਿਓ ਸਿੱਧੇ ਤਰੀਕੇ ਨਾਲ, ਵੀ ਨਹੀਂ ਤਾਂ ਸਾਨੂੰ ਆਉਣਾ ਪਊ। ਉਦੋਂ ਕਰੋਨਾ ਦਾ ਦਾਰ ਚੱਲਦਾ ਸੀਗਾ। ਅਤੇ ਫਿਰ ਉਹ ਵੀਰੇ ਹੋਣੀ ਕੇਸਰ ਹੋਣੀ ਦੀਪਕ ਨੂੰ ਇੱਥੇ ਸਾਡੇ ਕੋਲ ਲੈ ਕੇ ਆਏ। ਉਦੋਂ ਤੋਂ ਹੀ ਦੀਪਕ 2020 ਦਾ ਸਾਡੇ ਕੋਲ ਆ ਇੱਥੇ, ਅਤੇ ਅੱਜ 2024 ਦੇ ਵਿੱਚ ਜਾ ਕੇ ਦੀਪਕ ਦਾ ਘਰ ਲੱਭ ਗਿਆ। 2020, 2021, 2022, 2023 ਅਤੇ ਅੱਜ 2024 'ਚ, ਅੱਜ 5-6 April 2023-24 ਅੱਜ ਆਪਣੇ ਭਰਾਵਾਂ ਦੇ ਨਾਲ ਖੜਾ, ਆਪਣੇ ਜੀਜਾ ਜੀ ਦੇ ਨਾਲ ਖੜਾ। ਜੇ ਕੌਣ ਆ ਦੀਪਕ, ਨਮਸਤੇ ਕਰੋ ਹੱਥ ਜੋੜ ਕੇ। ਅਰੇ ਮਾਂ, ਇਸ ਮਾਂ ਨੇ ਜਨਮ ਦਿਆ ਤਾ ਤੇਰੇ ਕੋ, ਹੈ ਨਾ, ਕਿਤਨੇ ਸਾਲ ਬਾਅਦ ਮਾਂ ਕੋ ਮਿਲ ਰਿਹਾ ਹੈ, ਅੱਜ ਤੂੰ ਦੇਖ ਰਿਹਾ ਹੈ, ਹੈ ਨਾ ਦੀਪਕ। ਅਰੇ ਮਾਂ, ਬੋਲੋ ਬੋਲੋ ਬੋਲੋ, ਰਾਮ ਰਾਮ, ਬੋਲ ਕੇ ਬਤਾਓ, ਬੋਲ ਕੇ ਬੋਲੋ ਬੋਲੋ। ਅਰੇ ਬੋਲੋ ਯਾਰ, ਰੋਣਾ ਨਹੀਂ ਹੈ, ਰੋਣਾ ਨਹੀਂ ਹੈ, ਬੋਲੋ ਰਾਮ ਰਾਮ, ਰਾਮ ਰਾਮ ਬੋਲੋ, ਰਾਮ ਰਾਮ ਬੋਲ ਦੇ। ਮਾਂ ਰੋ ਰਹੀ ਹੈ, ਕੁੱਲ ਮਿਲਾ ਕੇ ਜੀ ਅੱਜ ਸਾਰਾ ਇਹ ਕ੍ਰੈਡਿਟ ਆ ਜਿਹੜਾ, ਇਹ ਧੰਨਵਾਦ ਆ ਸਾਰਾ ਉਹ ਸੰਗਤ ਨੂੰ ਜਾਂਦਾ, ਉਹਨਾਂ ਭੈਣਾਂ ਭਰਾਵਾਂ ਨੂੰ ਜਾਂਦਾ ਜਿਹੜੇ ਸਾਡੀਆਂ ਵੀਡੀਓ ਫੋਟੇਜ ਨੂੰ ਸ਼ੇਅਰ ਕਰਦੇ ਨੇ। ਉਹ ਸ਼ੇਅਰ ਕੀਤੀਆਂ ਵੀਡੀਓ ਫੋਟੇਜ ਹੀ ਕੋਈ ਅੱਗੇ ਦੀ ਅੱਗੇ ਕਿਸੇ ਦੇ ਪਰਿਵਾਰ ਤੱਕ ਪਹੁੰਚਦੀ ਆ, ਅਤੇ ਅੱਗੋਂ ਆਪਣੇ ਵਿਛੜੇ ਆ ਜਿਹੜੇ ਉਹ ਆਪਣਿਆਂ ਨੂੰ ਮਿਲ ਜਾਂਦੇ। ਅਤੇ ਅੱਜ ਇਹ ਸੋਨੀ ਪਰਿਵਾਰ ਦਾ ਲਾਲ ਆਪਣਿਆਂ ਨੂੰ ਮਿਲ ਗਿਆ। ਅਸੀਂ ਬਹੁਤ ਭਾਗਾਂ ਵਾਲੇ ਹਾਂ, ਅਸੀਂ ਇਸ ਦਾ ਹਿੱਸਾ ਬਣ ਸਕੇ ਹਾਂ। ਦੀਪਕ ਵਰਗੇ ਰੱਬ ਰੂਪੀ ਇਨਸਾਨ ਦੇ ਨਾਲ ਰਹਿਣ ਦਾ ਸਾਨੂੰ ਮੌਕਾ ਮਿਲਿਆ, ਕਿਉਂਕਿ ਸੱਚਮੁੱਚੀਓ ਹੀ ਇਹ ਬੰਦਾ ਆਪਣੇ ਆਪ ਦੇ ਵਿੱਚ ਇੱਕ ਰੱਬ ਰੂਪੀ ਬੰਦਾ। ਸਾਡੇ ਕੋਲ ਜਿਸ ਦਿਨ ਦਾ ਆਇਆ ਸਾਡੇ ਨਾਲ ਸੇਵਾ ਕਰਾ ਰਿਹਾ,
ਬਸ ਇਹਨੂੰ ਜਦੋਂ ਦੂਜਿਆਂ ਨੂੰ ਜਾਂਦਾ ਦੇਖਦਾ ਸੀ ਘਰੇ ਕਿਸੇ ਨੂੰ ਜਾਂ, ਇਹਨੇ ਮੈਨੂੰ ਪਿਛਲੇ 4 ਸਾਲਾਂ ਦੇ ਵਿੱਚ 2-3 ਵਾਰ ਕਿਹਾ ਵੀ ਘਰ ਜਾਣਾ, ਪਰ ਜਦੋਂ ਇਹ ਤੋਂ ਘਰ ਦਾ ਐਡਰੈਸ ਪੁੱਛਦੇ ਸੀ ਅਸੀਂ ਜਾਂ ਕੋਈ ਗੱਲ ਕਰਦੇ ਸੀ ਤਾਂ ਇਹ ਦੱਸ ਨਹੀਂ ਸੀ ਪਾਉਂਦਾ। ਪਰ ਅੱਜ ਉਹ ਵਾਹਿਗੁਰੂ ਨੇ, ਉਹ ਅੱਲਾ ਨੇ, ਉਸ ਰਾਮ ਨੇ, ਭਗਵਾਨ ਨੇ ਆਪਣੇ ਆਪ ਹੀ ਇਸ ਤਰ੍ਹਾਂ ਦਾ ਸਬੱਬ ਬਣਾਇਆ। ਇਹ ਵੀਰ ਸੋਨੇ ਦਾ ਕੰਮ ਕਰਦੇ, ਸੁਨਿਆਰ ਦਾ, ਇਹਨਾਂ ਦਾ ਅੱਗੋਂ ਕੋਈ ਕਲੀਗ, ਇਹਨਾਂ ਦਾ ਕੋਈ ਅੱਗੋਂ ਸਪਲਾਇਰ ਜਿਵੇਂ ਕਹਿ ਦਈਏ, ਉਹ ਵੀਰ ਅੰਮ੍ਰਿਤਸਰ ਜ਼ਿਲ੍ਹੇ ਤੋਂ ਆ, ਅਤੇ ਉਹ ਵੀਰ ਇਹਨਾਂ ਦੇ ਕੋਲ ਸਮਾਨ ਸੋਨੇ ਦੇ ਕਾਂਟੇ ਗੁਣੇ ਲੈਣ ਆਉਂਦਾ ਜਾਂਦਾ ਸੀ, ਮਿਲਦਾ ਸੀ। ਤਾਂ ਇਹ ਵੀਰ ਨੇ ਆਪਣਾ ਦੁੱਖ ਸਾਂਝਾ ਕੀਤਾ ਵੀ ਯਾਰ ਮੇਰਾ ਭਰਾ ਗੁੰਮ ਗਿਆ, ਵੀ ਇੰਨੇ ਸਾਲ ਹੋ ਗਏ ਗੁੰਮੇ ਨੂੰ, ਵੀ ਲੱਭ ਨਹੀਂ ਰਿਹਾ, ਵੀ ਦਰਬਾਰ ਸਾਹਿਬ ਗਏ ਸੀ, ਮਿਲਿਆ ਹੀ ਨਹੀਂ ਮੁੜ ਕੇ। ਅਤੇ ਉਹ ਬਿਕਰਮ ਵੀਰ ਆ ਉਹਦਾ ਨਾਮ, ਬਿਕਰਮ ਸਿੰਘ, ਉਹਨੇ ਵੀਰ ਨੇ ਇਹਦੀ ਫੋਟੋ ਲੈ ਕੇ ਇਹਨਾਂ ਤੋਂ ਸਾਡੇ ਨੰਬਰ ਦੇ ਉੱਤੇ ਵਟਸਐਪ ਕਰਤੀ ਵੀ ਆਹ ਬੰਦਾ ਤੁਸੀਂ ਦੇਖਿਆ ਕਿਤੇ। ਅਤੇ ਜਦੋਂ ਅਸੀਂ ਫੋਟੋ ਦੇਖੀ ਅਸੀਂ ਤੁਰੰਤ ਪਛਾਣ ਲਿਆ, ਜਿਹੜੀ ਤੁਸੀਂ ਵੀ ਦੇਖ ਰਹੇ ਹੋ ਸਕਰੀਨ 'ਤੇ, ਇਹ ਫੋਟੋ ਦੀਪਕ ਦੀ ਸਾਨੂੰ ਜਦੋਂ ਆਈ। ਤਾਂ ਅਸੀਂ ਉਸ ਨੰਬਰ 'ਤੇ ਬੈਕ ਕਾਲ ਆਈ ਤਾਂ ਬਿਕਰਮ ਨਾਲ ਗੱਲ ਕੀਤੀ, ਬਿਕਰਮ ਕਹਿੰਦਾ ਵੀਰੇ ਮੇਰੇ ਦੋਸਤ ਨੇ, ਉਹਨਾਂ ਦਾ ਭਰਾ ਵਾ ਇਹ। ਤਾਂ ਅਸੀਂ ਕਿਹਾ ਵੀਰੇ ਵੀ ਤੂੰ ਗੱਲ ਕਰ ਉਹਨਾਂ ਨਾਲ, ਇਹ ਬੰਦਾ ਸਾਡੇ ਕੋਲ ਹੀ ਆ। ਤਾਂ ਅੱਜ ਉਹਦੇ ਭਰਾ ਦੀਪਕ ਦੇ ਆਪਣੇ ਭਰਾ ਨੂੰ ਲੈਣ, ਆਪਣੇ ਭਰਾ ਨੂੰ ਮਿਲਣ ਆਏ ਨੇ। ਅਤੇ ਜਦੋਂ ਇਹ ਦੋਨੋਂ ਭਰਾ ਤਿੰਨੋਂ, ਇਹ ਵੀ ਮਾਸੀ ਦੇ ਪੁੱਤ ਨੇ ਦੋ, ਇਹ ਜੀਜਾ ਜੀ ਨੇ, ਇਹ ਪਿੰਡ ਤੋਂ ਆ, ਬਾਈ ਪੜੋਸੀ ਆ, ਜਦੋਂ ਮਿਲੇ ਆਪਸ ਵਿੱਚ ਉਹ ਅੱਖਾਂ ਬਿਆਨ ਕਰਦੀਆਂ ਸੀ, ਇੱਕ ਦੂਸਰੇ ਦਾ ਵਿਛੋੜਾ ਸੀ ਜਿਹੜਾ। ਪਰ ਇੱਥੇ ਸਾਡੇ ਸਮਾਜ ਦੇ ਵਿੱਚ ਕੁਛ ਜਿਹੜੇ ਮਾੜੇ ਲੋਕ, ਮਾੜੀ ਸੋਚ ਦੇ ਮਾਲਕ ਨੇ ਜਿਹੜੇ ਲੋਕ, ਉਹਨਾਂ ਦਾ ਚਿਹਰਾ ਵੀ ਨੰਗਾ ਹੁੰਦਾ ਇੱਥੇ ਵੀ। ਦੇਖੋ ਬਾਈ ਕਿੰਨਾ ਕੁ ਪੈਸਾ ਬਚਾ ਲਿਆ ਹੋਊ, ਜਿਹੜੇ ਬੰਦੇ ਨੇ ਦੀਪਕ ਨੂੰ 5-6 ਸਾਲ ਆਪਣੇ ਘਰ ਰੱਖਿਆ, ਉਹ ਤੋਂ ਗੋਹਾ ਚੁਕਾਇਆ, ਉਹਨੂੰ ਰਾਤ ਨੂੰ ਸੰਗਲੀ ਨਾਲ ਬੰਨ੍ਹ ਦਿੰਦਾ ਸੀ, ਉਹਦਾ ਚਿਹਰਾ ਮੋਹਰਾ ਬਦਲਤਾ ਸਿਰਫ 4 ਪੈਸੇ ਬਚਾਉਣ ਦੀ ਖਾਤਰ, ਉਹਦਾ ਧਰਮ ਤੱਕ ਬਦਲਤਾ ਬੱਚੇ ਦਾ, ਮਤਲਬ ਉਹਦੀਆਂ ਮੁੱਛਾਂ ਕੱਟ ਕੇ, ਉਹਦੀ ਦਾੜ੍ਹੀ ਵਧਾ ਕੇ ਲਾਲ ਕਰਤੀ, ਉਹਨੂੰ ਉਹਦੇ ਚਿਹਰੇ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਜਾਣ ਲਈ, ਵੀ ਲੋਕ ਸਵਾਲ ਨਾ ਕਰਨ, ਲੋਕ ਸ਼ੱਕ ਨਾ ਕਰਨ ਵੀ ਇਹ ਇਹਨਾਂ ਦਾ ਹੀ ਹੈ ਜਾਂ ਕੋਈ ਹੋਰ ਆ। ਈਸਾ ਖਾਨ ਨਾਂ ਦਾ ਉਹ ਗੁੱਜਰ ਵੀਰ, ਅੱਜ ਵੀ ਉਹ ਚੋਮੋ ਪਿੰਡ 'ਚ ਰਹਿੰਦਾ, ਅੱਜ ਵੀ ਉਹ ਮਲੌਦ ਦੇ ਕੋਲ ਚੋਮੋ ਪਿੰਡ ਵਾਲੀ ਸੜਕ ਦੇ ਉੱਤੇ ਰਹਿੰਦਾ। ਅਤੇ ਉੱਥੋਂ ਜਦੋਂ ਕੇਸਰ ਬਾਈ ਹੋਣੀ ਅਤੇ ਅਮਨਦੀਪ ਨੰਬਰਦਾਰ ਹੋਣੀ ਦੀਪਕ ਨੂੰ ਛੁਡਾ ਕੇ ਲੈ ਕੇ ਆਏ ਸੀ, ਅਤੇ ਉੱਥੇ ਬਹੁਤ ਉਹਨਾਂ ਦੀ ਗਰਮਾ ਸਰਦੀ ਹੋਈ ਸੀ ਆਪਸ ਵਿੱਚ, ਯਾਨੀ ਕਿ ਇੱਕ ਦੂਜੇ ਨੂੰ ਲੜਨ ਤੱਕ ਆਏ, ਦੂਰੋਂ ਦੂਰੀ ਹੋਏ ਉਹ। ਅਤੇ ਉਹਨਾਂ ਦੀ ਸਪੋਰਟ 'ਤੇ ਜਿਹੜੇ ਗੁੱਜਰ ਭਾਈਚਾਰਾ ਜਿਹੜਾ ਸਾਡਾ ਹੈਗਾ, ਉਹ ਸਾਰਾ ਮਾੜਾ ਨਹੀਂ ਹੈਗਾ, ਪਰ ਉਹਨਾਂ ਦੀ ਸਪੋਰਟ ਦੀ ਉੱਥੇ ਪਿੰਡ ਦੇ ਹੀ ਕੋਈ 4 ਮੋਹਦਵਾਰ ਵੀ ਆਏ 2-4 ਵੀ ਨਹੀਂ ਜੀ ਇਹ ਤਾਂ ਬੰਦੇ ਹੀ ਬਹੁਤ ਵਧੀਆ। ਭਰਾਵੋ ਅਸੀਂ ਬੰਦੇ ਮਾੜੇ ਕਿਤੋਂ ਕਹਿੰਦੇ, ਬੰਦੇ ਬਹੁਤ ਵਧੀਆ ਹੋਣਗੇ, ਪਰ ਕਿਸੇ ਵਧੀਆ ਬੰਦੇ 'ਚ ਕੋਈ ਮਾੜੀ ਵੀ ਹੁੰਦੀ ਹੈ ਗੱਲ, ਅਤੇ ਕਿਸੇ ਮਾੜੇ 'ਚ ਕੋਈ ਚੰਗਾ ਵੀ ਹੁੰਦਾ। ਉਹਨਾਂ ਦੀ ਇੱਕ ਇਹ ਗੱਲ ਮਾੜੀ ਸੀ ਵੀ ਇੱਕ ਮਾਂ ਦਾ ਪੁੱਤ ਜਿਹੜਾ ਆਪਣਿਆਂ ਤੋਂ ਵਿਛੜ ਗਿਆ ਸੀ, ਉਹਨੂੰ ਉਹ ਗੁਲਾਮੀ ਕਰਵਾ ਰਹੇ ਸੀ ਉਹ ਤੋਂ ਆਪਦੇ ਘਰ 'ਚ। ਇੱਕ ਉਹ ਜਿਹੜਾ ਵਿਚਾਰਾ ਸਿੱਧਾ ਭਗਤ ਰੱਬ ਦਾ ਬੰਦਾ, ਉਹਨੂੰ ਉਹਦੇ ਘਰੇ ਭੇਜਣ ਦੀ ਬਜਾਏ ਆਪਦੇ ਘਰੇ ਰੱਖ ਕੇ ਉਹ ਤੋਂ ਗੋਹਾ ਚੁਕਾ ਰਹੇ ਸੀ ਮੱਝਾਂ ਦਾ। ਤਾਂ ਸਾਡੀ ਬੇਨਤੀ ਆ ਵੀ ਜੇ ਤੁਹਾਡੇ ਆਸ ਪਾਸ ਕੋਈ ਇਸ ਤਰ੍ਹਾਂ ਦਾ ਮੈਂਬਰ ਹੈ, ਯਾਰ ਉਹਨਾਂ ਲਈ ਹੱਕ ਸੱਚ ਦੀ ਆਵਾਜ਼ ਤਾਂ ਉਠਾ ਦਿਓ। ਜੇ ਤੁਸੀਂ ਆਵਾਜ਼ ਵੀ ਨਹੀਂ ਉਠਾ ਸਕਦੇ
ਉਹਨਾਂ ਦੇ ਹੱਕ 'ਚ ਤਾਂ ਨਾ ਖੜੋ ਗਲਤ ਬੰਦਿਆਂ ਦੇ। ਜੇ ਤੁਸੀਂ ਵਿਰੋਧ ਨਹੀਂ ਕਰ ਸਕਦੇ ਘੱਟੋ ਘੱਟ ਉਹਨਾਂ ਦਾ ਹੱਕ ਤਾਂ ਨਾ ਮਾਰੋ। ਇਸ ਕਰਕੇ ਤੁਹਾਡੇ ਆਸ ਪਾਸ ਹੀ ਰਹਿੰਦੇ ਨੇ ਦੀਪਕ ਵਰਗੇ ਬਹੁਤ ਸਾਰੇ ਵੀਰ, ਅੱਜ ਬਜ਼ੁਰਗ ਹੋ ਚੁੱਕੇ ਨੇ ਗੋਹਾ ਚੱਕਦਿਆਂ ਇਹਨਾਂ ਲੋਕਾਂ ਦੇ ਘਰਾਂ 'ਚ। ਅਤੇ ਅੱਜ ਅਸੀਂ ਧੰਨਵਾਦੀ ਹਾਂ ਬਹੁਤ ਬਹੁਤ ਫੈਮਿਲੀ ਦੇ ਵੀ, ਆਪ ਲੋਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੋ ਆਪ ਲੈਣੇ ਕੇ ਲਈ ਆਏ ਹੋ ਇਸਕੋ। ਅਤੇ ਇੱਕ ਹੋਰ ਦੇਖੋ, ਇੱਕ ਹੋਰ ਇਸ ਗੱਲ ਦੇ ਵਿੱਚੋਂ, ਇਹਦੇ ਭਰਾ ਨੂੰ ਵਿਚਾਰੇ ਨੂੰ ਦਰਬਾਰ ਸਾਹਿਬ 'ਚ ਆਪਣੇ ਭਰਾ ਨੂੰ ਠੀਕ ਕਰਨ ਲਈ ਲੈ ਕੇ ਆਇਆ ਸੀ ਉਹ, ਅਤੇ ਉਹਨੂੰ ਵਾਪਸ ਗਏ ਨੂੰ ਕਿੰਨੇ ਰਿਸ਼ਤੇਦਾਰਾਂ ਨੇ ਜਾਂ ਸ਼ਰੀਕੇ ਕਬੀਲੇ 'ਚ ਲੋਕਾਂ ਨੇ ਇਹ ਲਾਲਚਨ ਲਾਏ ਉਹਦੇ 'ਤੇ ਵੀ ਜਾਣ ਬੁੱਝ ਕੇ ਛੱਡਿਆ ਆ ਉਹ, ਵੀ ਇਹ ਉਹਨੂੰ ਭਗਤ ਦੀ ਜ਼ਮੀਨ ਉਹਦਾ ਹਿੱਸਾ ਖਾਣ ਦੇ ਲਈ ਉਹਨੂੰ ਛੱਡਿਆ ਆ। ਸਾਡਾ ਸਮਾਜ, ਸਾਡੇ ਲੋਕ ਦੋਨੇ ਇੱਕ ਦਾਤੀ ਦੇ ਇੱਕ ਪਾਸੇ ਦਿੰਦੇ ਹੁੰਦੇ ਆ, ਸਾਡੇ ਲੋਕਾਂ ਦੇ ਦੋਨੇ ਪਾਸੇ ਆ। ਅੱਜ ਉਸ ਬੰਦੇ ਦੇ ਮੱਥੇ 'ਤੇ ਲੱਗਿਆ ਉਹ ਦਾਗ ਧੋਤਾ ਜਾ ਰਿਹਾ, ਜਦੋਂ ਉਹਦਾ ਭਰਾ ਉਹਨੂੰ ਮਿਲ ਗਿਆ ਅਤੇ ਆਪਦੇ ਲੈ ਕੇ ਜਾਊਗਾ ਉੱਥੇ ਪਿੰਡ ਘਰ 'ਚ ਰਿਸ਼ਤੇਦਾਰਾਂ ਦੇ ਸਾਹਮਣੇ, ਅੱਜ ਉਹ ਸਾਬਤ ਕਰ ਪਾਊਗਾ ਵੀ ਮੇਰਾ ਭਰਾ ਮੈਂ ਛੱਡ ਕੇ ਨਹੀਂ ਸੀ ਆਇਆ, ਉਹ ਵਿਛੜ ਗਿਆ ਸੀ। ਬਸ ਇੰਨੀ ਹੈ ਕਿ ਸਾਡੀਆਂ ਬੇਨਤੀਆਂ, ਸ਼ੇਅਰ ਕਰਿਓ, ਸ਼ਾਇਦ ਕੋਈ ਹੋਰ ਦੀਪਕ ਬਚ ਸਕੇ, ਸ਼ੇਅਰ ਕਰਿਓ ਕਿਸੇ ਹੋਰ ਦੀਪਕ ਨੂੰ, ਉਹਦੇ ਮਾਂ ਬਾਪ ਤੱਕ, ਉਹਦੀਆਂ ਅੱਖਾਂ ਦੇ ਤਾਰੇ ਨੂੰ, ਦੀਪ ਨੂੰ ਉੱਥੇ ਤੱਕ ਪਹੁੰਚਾ ਸਕੀਏ ਆ।